ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਜਿਹੜੇ ਪਿਛਲੇ ਦਿਨਾਂ ਤੋਂ ਲੈ ਕੇ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਹੋਏ ਅਤੇ ਸਮੂਹ ਉਹ ਮਹੀਨੇ ਦੇ ਜਿੰਨੇ ਵੀ ਸ਼ਹੀਦ ਹੋਏ ਨੇ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਭੈਣੀ ਵਿੜਿੰਗਾ ਵਿਖੇ ਪ੍ਰਭਾਤ ਫੇਰੀ ਆਰੰਭ ਕੀਤੀ ਗਈ ਸੀ ਅੱਜ ਮਾਗਦੇ ਮਹੀਨੇ ਦੀ ਸੰਗਰਾਮ ਹੈ ਤੇ ਅੱਜ ਜਿਹੜੀ ਪ੍ਰভাত ਫੇਰੀ ਦੀ ਸਮਾਪਤੀ ਕੀਤੀ ਗਈ ਹੈ ਸੋ ਸਮੂਹ ਸੰਗਤਾਂ ਨੇ ਨਗਰ ਨਿਵਾਸੀਆਂ ਨੇ ਬਹੁਤ ਪਿਆਰ ਤੇ ਸਤਿਕਾਰ ਦੇ ਨਾਲ ਇਸ ਪ੍ਰভাত ਫੇਰੀ ਦੇ ਵਿੱਚ ਸੇਵਾ ਕੀਤੀ ਹੈ ਤਨ ਮਨ ਧੰਦੇ ਨਾਲ ਸੇਵਾ ਕੀਤੀ ਹੈ ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਇਸੇ ਤਰ੍ਹਾਂ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਸੋ ਜਿਹੜਾ ਸਾਡਾ ਪ੍ਰভাত ਫੇਰੀ ਕਰਨ ਦਾ ਮੁੱਖ ਕੰਮ ਸੀ ਜਿਹੜਾ ਮੁੱਖ ਟੀਚਾ ਸੀ ਉਹ ਇਹ ਸੀਗਾ ਕਿ ਇਹ ਨਹੀਂ ਸੀ ਵੀ ਅਸੀਂ ਮਾਇਆ ਇਕੱਠੀ ਕਰਨੀ ਆ ਜਾਂ ਅਸੀਂ ਅ ਤਰ੍ਹਾਂ ਤਰ੍ਹਾਂ ਦੇ ਸੰਗਤਾਂ ਦੇ ਘਰਾਂ ਜਾ ਕੇ ਲੰਗਰ ਛਕਣੇ ਨੇ ਸੋ ਇਹ ਸਾਡਾ ਟੀਚਾ ਨਹੀਂ ਸੀ ਸਾਡਾ ਮੁੱਖ ਟੀਚਾ ਇਹ ਸੀ ਕਿ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਸਿੱਖੀ ਪ੍ਰਤੀ ਸਿੱਖ ਇਤਿਹਾਸ ਪ੍ਰਤੀ ਤੇ ਜਿਹੜੇ ਆਉਣ ਵਾਲੀ ਪਨੀਰੀ ਹੈ ਆਉਣ ਵਾਲੀ ਜਨਰੇਸ਼ਨ ਹੈ ਛੋਟੇ ਬੱਚਿਆਂ ਨੂੰ ਸਾਡੇ ਸਿੱਖ ਇਤਿਹਾਸ ਦਾ ਪਤਾ ਲੱਗ ਸਕੇ ਤੇ ਉਹ ਵੱਧ ਤੋਂ ਵੱਧ ਸਿੱਖ ਧਰਮ ਦੇ ਨਾਲ ਜੁੜਨ ਸੋ ਸਾਡਾ ਇਹ ਕੀਤਾ ਹੋਇਆ ਉਪਰਾਲਾ ਅਸੀਂ ਇਸ ਤਰ੍ਹਾਂ ਸਮਝਦੇ ਹਾਂ ਕਿ ਇਹ ਸਾਡਾ ਕੀਤਾ ਹੋਇਆ ਜਿਹੜਾ ਉਪਰਾਲਾ ਏ ਇਹ ਅੱਜ ਸਫਲ ਹੋ ਗਿਆ ਏ ਸਫਲ ਇਹ ਇਸ ਤਰ੍ਹਾਂ ਹੋਇਆ ਹੈ ਕਿ ਅਸੀਂ ਅੱਜ ਸਮਾਪਤੀ ਕੀਤੀ ਹੈ ਤੇ ਸਮਾਪਤੀ ਦੀ ਅਰਦਾਸ ਦੇ ਉੱਤੇ ਜਿਹੜੇ ਸੀਗੇ 9 ਬੱਚਿਆਂ ਨੇ ਇਹ ਤੁਸੀਂ ਜਿਹੜੇ ਦੇਖ ਰਹੇ ਹੋ 9 ਬੱਚਿਆਂ ਚੋਂ ਇਹਨਾਂ ਦੇ ਸਿਰਾਂ ਦੇ ਉੱਤੇ ਕੇਸ ਨਹੀਂ ਸੀ ਇਹਨਾਂ ਦੇ ਵਿੱਚੋਂ 9 ਬੱਚਿਆਂ ਨੇ ਆਪਣੇ ਸਿਰਾਂ ਦੇ ਉੱਤੇ ਜਿਹੜੇ ਕੇਸ ਰੱਖਣ ਦਾ ਪ੍ਰਣ ਕੀਤਾ ਏ ਤੇ ਕਦੇ ਵੀ ਇਹ ਕਹਿੰਦੇ ਅਸੀਂ ਕੇਸ ਨਹੀਂ ਕਟਾਵਾਂਗੇ ਤੇ ਹੌਲੀ-ਹੌਲੀ ਇਹ ਗੁਰੂ ਦੀ ਜਿਹੜੀ ਦਾਤ ਹੈ ਸੁਰਨਾਰ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਉਹ ਅੰਮ੍ਰਿਤ ਦੀ ਦਾਤ ਵੀ ਇਹ ਪ੍ਰਾਪਤ ਕਰਨਗੇ ਤੇ ਇਹ ਬੱਚੇ ਹਰ ਰੋਜ਼ ਗੁਰਦੁਆਰਾ ਸਾਹਿਬ ਵਿਖੇ ਮਾਗਦੇ ਮਹੀਨੇ ਦੇ ਵਿੱਚ ਹੁਣ ਕੀਰਤਨ ਹੋਇਆ ਕਰਨਗੇ ਆਸਾ ਦੀ ਵਾਰ ਦੇ ਕੀਰਤਨ ਕਰਦੇ ਨੇ ਐਤਵਾਰ ਨੂੰ ਸੁਖਮਣੀ ਸਾਹਿਬ ਜੀ ਦੇ ਪਾਠ ਕਰਦੇ ਨੇ ਅਤੇ ਜਦੋਂ ਵੀ ਸੰਗਰਾਂਦ ਦਾ ਦਿਹਾੜਾ ਜਾਂ ਕੋਈ ਵੀ ਕਿਸੇ ਦੇ ਘਰੇ ਦੇ ਘਰ ਦੇ ਵਿੱਚ ਫੰਕਸ਼ਨ ਹੋਵੇ ਕੋਈ ਧਾਰਮਿਕ ਸਮਾਗਮ ਜਿੱਥੇ ਵੀ ਹੈ ਉੱਥੇ ਆਸਾ ਪੂਰਨ ਕਰਨ ਵਾਲੀ ਆਸਾ ਜੀ ਦੀ ਬਾਣੀ ਦੇ ਕੀਰਤਨ ਕੀਤੇ ਜਾਂਦੇ ਨੇ ਧੰਨਵਾਦ ਹੈ ਇਹਨਾਂ ਬੱਚਿਆਂ ਦੇ ਮਾਪਿਆਂ ਦਾ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਇਸ ਗੁਰੂ ਘਰ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਿਆ ਸੋ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਹੋਰ ਵੀ ਸੰਗਤਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਬੱਚਿਆਂ ਦੇ ਜਿਹੜੇ ਸਿਰਾਂ ਦੇ ਉੱਤੇ ਕੇਸ ਰੱਖੋ ਤਾਂ ਕਿ ਸਾਡੇ ਸਿੱਖ ਇਤਿਹਾਸ ਤੋਂ ਬੱਚੇ ਜਾਣੂ ਹੋ ਸਕਣ ਅਤੇ ਅੱਜ ਇਹਨਾਂ ਬੱਚਿਆਂ ਨੂੰ ਸਰੂਪਾਉ ਦੇ ਕੇ ਸਨਮਾਨ ਕੀਤਾ ਗਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੋ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਦੀ ਪਿੰਡ ਭੈਣੀ ਬਿੰਗਾ ਗੁਰਦੁਆਰਾ ਪ੍ਰਬੰਧ ਕਮੇਟੀ ਕਰਦੀ ਰਹਿੰਦੀ ਹੈ ਸੋ ਨਗਰ ਦੇ ਸਹਿਯੋਗ ਦੇ ਨਾਲ ਹੁਣ ਗੁਰਦੁਆਰਾ ਸਾਹਿਬ ਜੀ ਦੀ ਜਿਹੜੀ ਕਾਰ ਸੇਵਾ ਵਾ ਦਰਵਾਰ ਸਾਹਿਬ ਦੀ ਉਹ ਸ਼ੁਰੂ ਹੋਣੀ ਹੈ ਸੋ ਵੱਧ ਤੋਂ ਵੱਧ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪਣੀ ਸਰਦਾ ਮੁਤਾਬਕ ਥੋੜੇ ਤੋਂ ਥੋੜਾ ਬਹੁਤੇ ਤੋਂ ਬੋਤਾ ਜਿੰਨਾ ਵੀ ਹੋ ਸਕਦਾ ਇੱਟਾਂ, ਬਜਰੀ, ਰੇਤਾ ਜਾਂ ਮਾਇਆ ਰਾਹੀਂ ਸੇਵਾ ਕਰਕੇ ਭਾਈ ਗੁਰੂ ਘਰ ਦੀ ਜਿਹੜੀ ਕਾਰ ਸੇਵਾ ਵਾ ਉਸੇ ਵਿੱਚ ਹਿੱਸਾ ਪਾਓ ਇੱਕ ਵਾਰੀ ਫੇਰ ਜਿੰਨੇ ਬੱਚਿਆਂ ਨੇ ਅੱਜ ਸਿਰਾਂ ਦੇ ਉੱਤੇ ਕੇਸ ਰੱਖਣ ਦਾ ਪ੍ਰਾਨ ਜੀਤਾਏ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਗੁਰੂ ਮਹਾਰਾਜ ਕਿਰਪਾ ਕਰਨ ਗੁਰਸਿੱਖੀ ਜੀਵਨ ਨਾਮਦਾਨ ਦੀਆਂ ਦਾਤਾਂ ਵਕਸਣ ਅਤੇ ਆਪਾਂ ਸਾਰਿਆਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਦਾਨਪੂਰਨ ਕਰਨ ਦਾ ਬਲ ਉਦਮ ਵਕਸਣ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਸਾਰਿਆਂ ਦਾ ਧੰਨਵਾਦ ਆਖੋ ਜੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ